ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Hello everyone, the question is find the least number which must be subtracted from each of the following numbers so as to get a perfect square. Also find the square root of the perfect square so obtained 402. The sanu least number dasna hai jada ki assi is given number vichon subtract kariye ta sada number ki aaje perfect square aaje. ਤੇ ਜੋ ਨੰਬਰ ਪਰਫੈਕਟ ਸਕੁਅਰ ਆਊਗਾ ਸਾਨੂੰ ਉਸਦਾ ਸਕੁਅਰ ਰੂਟ ਕੱਢਣਾ ਹੈ। ਠੀਕ ਹੈ, ਤਾਂ ਅਸੀਂ ਇਸ ਕੁਐਸਚਨ ਨੂੰ ਸੋਲਵ ਕਰੂੰਗੇ ਵਿਦ ਦ ਹੈਲਪ ਆਫ ਲੌਂਗ ਡਿਵੀਜ਼ਨ ਮੈਥਡ। ਠੀਕ ਹੈ, ਤਾਂ ਅਸੀਂ ਵੈਲਿਊ ਲਿਖ ਲਉਂਗੇ 402। ਠੀਕ ਹੈ, ਰਾਈਟ ਸਾਈਡ ਤੋਂ ਪੇਅਰ ਬਣਾਉਂਗੇ ਯਾਨੀ ਕਿ ਇੱਕ ਆ ਬਣ ਗਿਆ ਤੇ ਇੱਕ ਆ 4। ਠੀਕ ਹੈ, ਹੁਣ ਸਾਨੂੰ 4 ਤੋਂ ਛੋਟਾ ਜਾਂ 4 ਦੇ ਇਕੁਅਲ ਕੋਈ ਸਕੁਅਰ ਨੰਬਰ ਦੇਖਣਾ ਹੈ ਤਾਂ 4 ਖੁਦ ਇੱਕ ਸਕੁਅਰ ਨੰਬਰ ਹੈ। ਠੀਕ ਹੈ, ਕਿਸ ਦਾ 2 ਦਾ ਯਾਨੀ ਕਿ 2 ਜਾਂ 4। ਠੀਕ ਹੈ, ਹੁਣ ਅਸੀਂ ਇਸ ਨੂੰ ਸਬਟ੍ਰੈਕਟ ਕਰੂੰਗੇ। ਠੀਕ ਹੈ, ਸਬਟ੍ਰੈਕਟ ਕਰਕੇ ਕੀ ਆਊਗਾ, ਸਬਟ੍ਰੈਕਟ ਕਰਕੇ ਆ ਜਾਊਗਾ 0 02। ਠੀਕ ਹੈ, ਪੇਅਰ ਨੀਚੇ ਤਾਰ ਲੂੰਗੇ। ਠੀਕ ਹੈ, 2 ਦਾ ਡਬਲ ਕੀ ਹੁੰਦਾ ਹੈ 4। ਠੀਕ ਹੈ, ਹੁਣ ਸਾਨੂੰ ਇੱਥੇ ਤੇ ਇੱਥੇ ਇੱਕ ਇਹੋ ਜਿਹਾ ਨੰਬਰ ਫਿਲ ਆਊਟ ਕਰਨਾ ਹੈ ਕਿ ਜਦੋਂ ਅਸੀਂ ਇਸ ਨੰਬਰ ਨੂੰ ਇਸ ਨਾਲ ਮਲਟੀਪਲਾਈ ਕਰੀਏ ਤਾਂ ਜਾਂ ਤਾਂ 002 ਆਵੇ ਜਾਂ ਇਸ ਤੋਂ ਕੋਈ ਛੋਟਾ ਨੰਬਰ ਆਵੇ। ਤਾਂ ਹੁਣ ਆਬਵੀਅਸਲੀ ਅਸੀਂ 0 ਨਾਲ ਹੀ ਮਲਟੀਪਲਾਈ ਕਰੂੰਗੇ ਕਿਉਂਕਿ ਜੇ 1 ਨਾਲ ਕੀਤਾ ਤਾਂ 41 ਜਾਂ 41 ਹੋ ਜਾਊਗਾ ਜਿਹੜਾ 2 ਤੋਂ ਵੱਡਾ ਹੈ, ਜਦਕਿ ਸਾਨੂੰ ਇਸ ਤੋਂ ਛੋਟਾ ਨੰਬਰ ਚਾਹੀਦਾ ਹੈ ਨਾ। ਤਾਂ ਅਸੀਂ 0 ਨਾਲ ਮਲਟੀਪਲਾਈ ਕਰੂੰਗੇ ਤਾਂ 40 00 ਨੂੰ ਕਿਸੇ ਨਾਲ ਵੀ ਮਲਟੀਪਲਾਈ ਕਰੂੰਗੇ 0 ਹੋ ਜਾਊਗਾ। ਠੀਕ ਹੈ, 0 ਆ ਗਿਆ, ਇਸ ਨੂੰ ਵੀ ਅਸੀਂ ਸਬਟ੍ਰੈਕਟ ਕਰ ਲੂੰਗੇ ਤਾਂ ਸਾਡਾ ਰਿਮਾਈਂਡਰ ਕੀ ਬਚੂਗਾ, ਸਾਡਾ ਰਿਮਾਈਂਡਰ ਬਚੂਗਾ 2। ਠੀਕ ਹੈ, ਹੁਣ ਪਰਫੈਕਟ ਸਕੁਅਰ ਕੀ ਹੁੰਦਾ ਹੈ ਕਿ ਜਦੋਂ ਸਾਡਾ ਰਿਮਾਈਂਡਰ 0 ਬਚੇ, ਬਟ ਇਸ ਕੁਐਸਚਨ ਵਿੱਚ ਸਾਡਾ ਰਿਮਾਈਂਡਰ 2 ਬਚ ਰਿਹਾ ਹੈ ਯਾਨੀ ਕਿ ਇਹ ਨੰਬਰ ਸਾਡਾ ਪਰਫੈਕਟ ਸਕੁਅਰ ਨਹੀਂ ਹੈ। ਤੇ ਜੇ ਅਸੀਂ ਇਸ ਨੰਬਰ ਵਿੱਚੋਂ 2 ਘਟਾ ਦਈਏ ਤਾਂ ਜੋ ਨੰਬਰ ਆਊਗਾ ਉਹ ਪਰਫੈਕਟ ਸਕੁਅਰ ਹੋਊਗਾ। ਠੀਕ ਹੈ, ਤੇ ਉਸ ਨੰਬਰ ਦਾ ਸਕੁਅਰ ਰੂਟ ਹੋਊਗਾ 20। ਠੀਕ ਹੈ, ਤਾਂ ਅਸੀਂ ਲਿਖ ਸਕਦੇ ਹਾਂ ਕਿ ਜਿਹੜਾ 20 ਦਾ ਸਕੁਅਰ ਹੈ, ਠੀਕ ਹੈ, ਜਿਹੜਾ ਸਾਡਾ ਇਹ ਉੱਪਰ ਆਇਆ ਸਕੁਅਰ ਰੂਟ, ਠੀਕ ਹੈ, ਸਕੁਅਰ 20 ਦਾ ਸਕੁਅਰ ਜਿਹੜਾ ਹੈ ਉਹ ਛੋਟਾ ਹੈ 402 ਤੋਂ। ਠੀਕ ਹੈ, ਲੈਸ ਦੈਨ ਹੈ ਯਾਨੀ ਕਿ ਜੇ ਅਸੀਂ ਗੀਵਨ ਨੰਬਰ ਵਿੱਚੋਂ 2 ਸਬਟ੍ਰੈਕਟ ਕਰ ਦਈਏ, ਗੀਵਨ ਨੰਬਰ ਵਿੱਚੋਂ 2 ਸਬਟ੍ਰੈਕਟ ਕਰਦੇ ਹਾਂ ਤਾਂ ਜੋ ਸਾਡਾ ਨੰਬਰ ਆਊਗਾ ਉਹ ਕੀ ਹੋਏਗਾ, ਪਰਫੈਕਟ ਸਕੁਅਰ ਹੋਏਗਾ, ਹੈ ਨਾ। ਯਾਨੀ ਕਿ ਫਾਈਂਡ ਦ ਲੀਸਟ ਨੰਬਰ ਵਿਚ ਮਸਟ ਬੀ ਸਬਟ੍ਰੈਕਟਡ ਤਾਂ ਕੀ ਆਊਗਾ 2, ਕਿ ਅਸੀਂ ਜਿਸ ਨੰਬਰ ਵਿੱਚ 2 ਸਬਟ੍ਰੈਕਟ ਕਰ ਦਈਏ ਤਾਂ ਸਾਡਾ ਨੰਬਰ ਕੀ ਆ ਜਾਊਗਾ, ਪਰਫੈਕਟ ਸਕੁਅਰ ਆ ਜਾਊਗਾ। ਠੀਕ ਹੈ, ਤਾਂ ਹੁਣ ਅਸੀਂ ਲਿਖ ਸਕਦੇ ਹਾਂ ਕਿ 2 ਮਸਟ ਬੀ ਸਬਟ੍ਰੈਕਟਡ। ਠੀਕ ਹੈ, 2 ਮਸਟ ਬੀ ਸਬਟ੍ਰੈਕਟਡ। ਠੀਕ ਹੈ, ਆਨਸਰ ਆ ਗਿਆ। ਅੱਗੇ ਉਹਨਾਂ ਨੇ ਕਿਹਾ ਕਿ ਆਲਸੋ ਫਾਈਂਡ ਦ ਸਕੁਅਰ ਰੂਟ ਆਫ ਦ ਪਰਫੈਕਟ ਸਕੁਅਰ, ਜੋ ਸਾਡਾ ਪਰਫੈਕਟ ਸਕੁਅਰ ਬਣਿਆ ਉਸ ਦਾ ਸਾਨੂੰ ਕੀ ਕੱਢਣਾ ਹੈ, ਸਕੁਅਰ ਰੂਟ। ਠੀਕ ਹੈ, ਤਾਂ ਸਕੁਅਰ ਰੂਟ ਆਬਵੀਅਸਲੀ ਆ ਸਾਡੇ ਕੋਲ ਦਿੱਤਾ ਹੋਇਆ ਕਿ 20 ਆਇਆ ਇਸ ਦਾ ਸਕੁਅਰ ਰੂਟ, ਲੇਕਿਨ ਅਸੀਂ ਫਿਰ ਵੀ ਕੱਢ ਸਕਦੇ ਹਾਂ ਕਿ 400 ਕੀ ਦੇ ਇਕੁਅਲ ਹੈ, 20 ਦੇ ਸਕੁਅਰ ਦੇ ਇਕੁਅਲ ਹੈ, ਹੈ ਨਾ। ਇਹ 20 ਦੇ ਸਕੁਅਰ ਦੇ ਇਕੁਅਲ ਹੋਆ ਸਾਡਾ 400, ਤਾਂ 400 ਦਾ ਸਕੁਅਰ ਰੂਟ ਕੀ ਆ ਜਾਏਗਾ, ਆ ਸਕੁਅਰ ਇਧਰ ਜਾ ਕੇ ਸਕੁਅਰ ਰੂਟ ਬਣ ਜਾਊਗਾ, ਤਾਂ ਸਕੁਅਰ ਰੂਟ ਆਫ 400 ਕੀ ਆ ਜਾਊਗਾ, 20। ਇਹ ਸਾਨੂੰ ਫਾਈਂਡ ਆਊਟ ਕਰਨਾ ਸੀ, ਸਾਡਾ ਆਨਸਰ ਹੈ। ਥੈਂਕ ਯੂ।